ਵੀਰਾਂ ਨੇ ਜਿੱਥੇ ਪਹਿਲਾਂ ਝੜਪ ਹੁੰਦੀ ਹੈ ਨੌਜਵਾਨਾਂ ਦੇ ਵਿੱਚ, ਔਰ ਝੜਪ ਤੋਂ ਬਾਅਦ ਬਾਹਰ ਜਿਹੜੇ ਕਿ ਜਿੱਥੇ CCTV ਕੈਮਰੇ ਮੌਜੂਦ ਨਹੀਂ ਸੀਗੇ ਉੱਥੇ ਜਾ ਕੇ ਜਿਹੜੀਆਂ ਉਹਨਾਂ ਨੌਜਵਾਨਾਂ ਵੱਲੋਂ ਫਾਇਰ ਕੀਤੇ ਜਾਂਦੇ ਨੇ, ਤਾਂ 3 ਫਾਇਰ ਕੀਤੇ ਦੱਸੇ ਜਾ ਰਹੇ ਨੇ। ਹਾਲਾਂਕਿ ਜਿਹੜੀਆਂ ਇਹ ਤਸਵੀਰਾਂ ਨੇ, ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ 2 ਗੁੱਟਾਂ ਦੇ ਵਿੱਚ ਲੜਾਈ ਹੁੰਦੀ ਔਰ ਲੜਾਈ ਤੋਂ ਬਾਅਦ 3 ਫਾਇਰ ਨੇ ਜਿਹੜੇ ਕੱਢੇ ਜਾਂਦੇ ਨੇ। ਬਾਈ ਜੀ, ਕੀ ਹੋਇਆ ਸੀ ਇੱਥੇ? ਇੱਕੋ ਮੁੰਡੇ ਨੂੰ ਤੇ ਬਾਹਰ ਕੋਈ ਫਾਇਰ ਫੂਰ ਵੀ ਹੋਏ ਹੈ? ਹਾਂਜੀ, ਇੱਥੇ ਕਿੰਨੇ ਬੰਦੇ ਸੀਗੇ? 1 ਬੰਦੇ ਨੂੰ ਤਾਂ ਬਿਲਕੁਲ 15 ਤੋਂ 20 ਨੌਜਵਾਨ ਸੀ ਜਿਹੜਾ ਇੱਕ ਨੌਜਵਾਨ 'ਤੇ ਹਮਲਾ ਕਰਦੇ ਨੇ। ਜਿਹੜਾ 3 ਫਾਇਰ ਨੇ ਉਹ ਨੌਜਵਾਨਾਂ ਵੱਲੋਂ ਕੀਤੇ ਜਾਂਦੇ ਨੇ। ਹਾਲਾਂਕਿ ਜਿਹੜਾ ਪੁਲਿਸ ਹੈ ਇਸ ਪੂਰੀ ਵਾਰਦਾਤ ਨੂੰ ਲੈ ਕੇ ਚੌਕਸ ਹੋ ਚੁੱਕੀ ਹੈ। ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਪਟਿਆਲਾ ਦੇ ਬੱਸ ਸਟੈਂਡ ਨਵੇਂ ਦੀਆਂ ਨੇ। ਭਾਜੀ, ਲੜਾਈ ਝਗੜਾ ਹੋਇਆ, ਕੌਣ ਸੀ? ਕਿੰਨੇ ਬੰਦੇ ਸੀ ਭਾਜੀ? 15-20 ਮੁੰਡੇ ਆ ਗਏ। ਕੋਈ ਗੋਲੀ ਵਗੈਰਾ ਵੀ ਹੈਗੀ ਆ? ਸਾਨੂੰ ਪਤਾ ਗੋਲੀਆਂ ਗੋਲੀਆਂ ਵੱਜ ਗਈਆਂ। ਅੱਜ ਨੇ ਖੂਨ ਆ ਕਿਵੇਂ? ਹੁਣ ਇਕੱਲੇ ਮੁੰਡੇ ਗੋਡੇ ਨੇ, ਉਹ ਪਿਆ ਤਾਂ ਵਿਚਾਰਾ। ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਜੀ, ਉਹਨੂੰ 10-15 ਜਣੇ ਕੁੱਟਣਾ ਫਾਇਰ ਹੋਏ ਨੇ ਜੀ, 5-6 ਫਾਇਰ ਹੋਏ। ਪੁਲਿਸ ਆ ਗਈ ਜੀ, ਅਸੀਂ ਇਤਲਾਹ ਕਰਤਾ ਸੀ, ਗੋਲੀ ਹੋਈ ਹੈ ਜੀ। ਉਹ ਲੜਦੇ ਲੜਦੇ ਉੱਪਰ ਨੂੰ ਘੁੰਮ ਕੇ ਇੱਧਰ ਆਏ ਨੇ, CCTV ਸਾਰੇ ਪਾਸ ਕਰੇ ਹੋਣੇ ਜੀ। ਇੱਕ ਮੁੰਡੇ ਨੂੰ ਕੁੱਟਿਆ ਉਹਨਾਂ ਨੇ, 5 ਮੁੰਡੇ ਮਾਰੇ ਨੇ, ਉਹਦਾ ਖੂਨ ਅੰਦਰ ਵੀ ਡੁੱਲਿਆ ਹੋਇਆ। ਮੁੰਡਾ ਫੜਿਆ ਗਿਆ, ਉਹ ਹੁਣ ਆਪ ਹੀ ਸਾਰਾ ਕੁਝ ਦੇਖਣ ਲੱਗੇ ਵੀ ਕੌਣ ਨੇ ਕੌਣ ਨਹੀਂ। ਕੋਈ ਗੱਡੀ ਵੀ ਰੱਖੀ ਸੀ ਉਹਨਾਂ ਨੇ ਪਾਰਕਿੰਗ ਵਗੈਰਾ ਤੇ? ਤੁਸੀਂ ਉਹ ਮੁੰਡੇ ਦੀ ਕਾਰ ਖੜੀ ਹੈ ਜਿਹੜੀ ਕਾਰ ਦੇ ਉੱਪਰ ਜਿਹੜਾ ਜ਼ਖਮੀ ਹੋਇਆ? ਜਿਹੜਾ ਜ਼ਖਮੀ 10-15 ਮੁੰਡਿਆਂ ਨੇ ਵਗੈਰਾ ਕੋਈ ਆਈ ਜਾਂਦੀ ਨਹੀਂ ਹਲੇ ਪੁੱਛੀ ਨਹੀਂ, ਉਹ SHO ਸਾਹਿਬ ਹੋਣਗੇ ਜਾਂ ਪੁਲਿਸ ਵਾਲੇ ਹੋਣਗੇ। ਅਕਸਰ ਜਿਹੜਾ ਹੈਗਾ ਬੱਸ ਸਟੈਂਡ ਦੇ ਨੇੜੇ ਤੇੜੇ ਜਿਹੜੇ ਹੈਗਾ PCR ਮੌਜੂਦ ਰਹਿੰਦੀ ਹੈ ਕਿ ਇੰਨੀ ਘਟਨਾ ਅੰਜਾਮ ਦਿੱਤਾ, 5-10 ਮਿੰਟ ਤਾਂ ਲੱਗੇ ਹੋਏ ਇਸ ਚੀਜ਼ ਨੂੰ ਲੈ ਕੇ? ਸਾਹਮਣੇ ਉਹ ਬੱਸ ਸਟੈਂਡ ਦੇ ਗੇਟ ਤੇ ਖੜਦੀ ਹੈ ਜੀ PCR ਸੀਗੀ ਉਹ? ਹਾਂਜੀ ਠੀਕ। ਅੱਜ ਇੱਥੇ ਰਿਪੋਰਟ ਆਈ ਸੀ ਕਿ ਬੱਸ ਸਟੈਂਡ ਦੇ ਵਿੱਚ ਕੋਈ ਫਾਇਰਿੰਗ ਵਗੈਰਾ ਦਾ ਇੰਸੀਡੈਂਟ ਹੋਇਆ ਹੋਏਗਾ, ਤਾਂ ਉਸਦੇ ਸੰਬੰਧੀ ਇੱਥੇ ਮੀਡੀਆ ਆਪਣਾ ਕੈਮਰੇ ਵਗੈਰਾ ਦੇਖੇ ਜਾ ਰਹੇ ਆ। ਵਾਈ ਫਾਇਰਿੰਗ ਰਿਪੋਰਟ ਹੋਈ ਸੀਗੀ ਜਿਸ ਸੰਬੰਧੀ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ। ਇਹ ਜੋ ਅਜੇ ਤੱਕ ਕੈਮਰੇ ਵੇਖਣ ਤੋਂ ਲੱਗਦਾ ਵੀ 2 ਗੁੱਟਾਂ ਦੀ ਹੋਈ ਹੈ, ਪਰ ਉਹ ਦੋਵੇਂ ਹਜੇ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਵੀ ਇਹਨਾਂ ਦਾ ਕੀ ਕਾਰਨ ਆ ਜਾਂ ਕੀ ਗੱਲਬਾਤ ਹੋਈ ਹੈ। ਹਾਂਜੀ, ਹਜੇ ਦੇਖ ਰਹੇ ਹਾਂ, ਪ੍ਰੋਪਰ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ, ਮੁੱਢਲੀ ਸਟੇਜ 'ਤੇ ਕੁਛ ਕਹਿਣਾ ਹਜੇ ਵਾਜਬ ਨਹੀਂ ਹੈ। ਨਹੀਂ, ਹਜੇ ਇਹਦੇ 'ਚ ਇਨਵੈਸਟੀਗੇਸ਼ਨ ਸ਼ੁਰੂ ਹੋਈ ਹੈ ਜੀ। ਨਹੀਂ, ਇਹਦੇ 'ਚ ਇੱਕ ਜ਼ਖਮੀ ਆ ਜੀ, ਜੋ ਜਿਹਦੇ ਸਿਰ 'ਤੇ ਥੋੜ੍ਹੀ ਜਿਹੀ ਸੱਟ ਲੱਗੀ ਹੈ ਲਖਵਿੰਦਰ ਸਿੰਘ, ਉਹਨੂੰ ਉਸ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ, ਹਜੇ ਕੋਈ ਉਸ ਤਰੀਕੇ ਨਾਲ ਫੜਨਗਾ। ਨਹੀਂ, ਹਜੇ ਇਹਦੇ ਬਾਰੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਆ, ਜਲਦੀ ਪਤਾ ਲੱਗ ਜਾਏਗਾ। ਕਿੰਨੇ ਰਾਊਂਡ ਫਾਇਰ ਹੋਈ ਹੈ? ਇਹ ਰਾਊਂਡ 3-4 ਰਾਊਂਡ ਫਾਇਰ ਹੋਏ। ਠੀਕ ਹੈ ਸਰ, ਥੈਂਕ ਯੂ ਜੀ।